ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਪਿੰਡ ਕਾਨਾ ਢੇਸੀਆਂ ਵਿਖੇ ਸਮੂਹ ਨਗਰ ਵੱਲੋਂ ਪਿੰਡ ਦੀ ਸੁੱਖ ਸ਼ਾਂਤੀ ਲਈ ਬੇੜਾ ਤਾਰਿਆ ਗਿਆ। ਹਰੇਕ ਸਾਲ ਦੀ ਤਰ੍ਹਾਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲਾਂ ਪਿੰਡ ਵਿੱਚ ਲੰਗਰ ਲਗਾਇਆ ਗਿਆ, ਉਪਰੰਤ ਸਤਲੁਜ ਦਰਿਆ 'ਤੇ ਬੇੜਾ ਤਾਰਨ ਦੀ ਰਸਮਾਂ ਅਦਾ ਕੀਤੀ ਗਈ। ਦਰਿਆ 'ਤੇ ਬੇੜਾ ਤਾਰਨ ਦੀ ਅਰਦਾਸ ਦੀਦਾਰ ਭਗਤ ਦੁਸਾਂਝ ਕਲਾਂ ਵੱਲੋਂ ਕੀਤੀ ਗਈ। ਬੇੜਾ ਤਾਰਨ ਦੀ ਰਸਮ ਉਪਰੰਤ ਲੰਗਰ ਵੀ ਚਲਾਇਆ ਗਿਆ। ਇਸ ਮੌਕੇ ਅਮਰਜੀਤ ਸਿੰਘ ਸੰਧੂ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਗੁਰਾਇਆ, ਨੇ ਜਿੱਥੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਮੱਥਾ ਟੇਕਿਆ, ਉੱਥੇ ਉਹਨਾਂ ਪਿੰਡ ਕਾਨਾ ਢੇਸੀਆਂ ਦੀ ਚੜ੍ਹਦੀ ਕਲਾ ਵਾਸਤੇ ਕਾਮਨਾ ਵੀ ਕੀਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅਮਰਜੀਤ ਸਿੰਘ ਸੰਧੂ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਗੁਰਾਇਆ, ਤੀਰ ਸਿੰਘ ਢੇਸੀ, ਸਾਬਕਾ ਬਲਾਕ ਸੰਮਤੀ ਮੈਂਬਰ, ਪ੍ਰਧਾਨ ਪਰਮਜੀਤ ਸਿੰਘ, ਮਨੋਜ ਕੁਮਾਰ ਸਰਪੰਚ, ਨਛੱਤਰ ਸਿੰਘ, ਸੇਵਾ ਸਿੰਘ, ਸੁੱਚਾ ਸਿੰਘ, ਸਰਬਜੀਤ ਸਿੰਘ, ਮੋਹਨ ਸਿੰਘ ਸਾਬਕਾ ਸਰਪੰਚ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। ਅੱਜ ਪਿੰਡ ਢੇਸੀਆਂ ਕਾਨਾ ਦੀ ਸੰਗਤ ਵੱਲੋਂ ਖਵਾਜਾ ਬਲੀ ਦੀ ਯਾਦ ਵਿੱਚ ਔਰ ਪਿੰਡ ਦੀ ਸੁੱਖ ਸ਼ਾਂਤੀ ਵਾਸਤੇ ਬੇੜੇ ਦੀ ਰਸਮ ਕੀਤੀ ਗਈ ਆ, ਜਿਹੜੇ ਕਿ ਭਾਰੀ ਸੰਗਤਾਂ ਨੇ ਇਹਦੇ ਵਿੱਚ ਸਹਿਯੋਗ ਦਿੱਤਾ ਔਰ ਸਾਰੇ ਨਗਰ ਵੱਲੋਂ ਇਹ ਨਗਰ ਦੀ ਸੁੱਖ ਸ਼ਾਂਤੀ ਵਾਸਤੇ ਅਤੇ ਹੋਰ ਜਿਹੜੇ ਸ਼ਰਧਾਵਾਨ ਆ ਉਹਨਾਂ ਨੇ ਆਪਣੀਆਂ ਜੋ ਸੁੱਖਾਂ ਸੁੱਖੀਆਂ ਸੀ ਉਹਨਾਂ ਦੇ ਸੰਬੰਧ ਵਿੱਚ ਚਾਰ ਬੇੜਿਆਂ ਦੀ ਰਸਮ ਕੀਤੀ ਗਈ ਆ ਔਰ ਅਸੀਂ ਇਹੀ ਮਹਾਰਾਜ ਤੋਂ ਆਸ ਕਰਦੇ ਹਾਂ ਕਿ ਪਰਮਾਤਮਾ ਸਾਡੇ ਪਿੰਡ 'ਤੇ ਸੁੱਖ ਸ਼ਾਂਤੀ ਔਰ ਚੜ੍ਹਦੀ ਕਲਾ ਔਰ ਗਊ ਗਰੀਬ ਦਾ ਭਲਾ ਰੱਖੀ, ਇਹੀ ਉਹਨਾਂ ਦੀ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ। ਹਰ ਸਾਲ ਦੀ ਪਹਿਲਾਂ ਸਾਲਾਨਾ ਬੇੜਾ ਸਾਰੇ ਨਗਰ ਦੇ ਸੰਯੋਗ ਨਾਲ ਹਰ ਸਾਲ ਇੱਥੇ ਤਾਰਿਆ ਜਾਂਦਾ ਜੀ। ਸਾਰੇ ਸੰਯੋਗੀ ਸੱਜਣਾਂ ਦਾ, ਸਾਰੀ ਨਗਰ ਪੰਚਾਇਤ ਦਾ ਅਸੀਂ ਧੰਨਵਾਦ ਕਰਦੇ ਹਾਂ, ਸਾਰੇ ਸਾਡੇ ਨਾਲ ਸਹਿਯੋਗ ਦਿੰਦੇ ਆ। ਹਰ ਸਾਲ ਅਸੀਂ ਇੱਦਾਂ ਹੀ ਆਉਂਦੇ, ਹੁੰਮ ਆ ਕੇ ਇੱਥੇ ਆ ਕੇ ਬੇੜਾ ਤਾਰਦੇ ਹਾਂ ਜੀ। ਆਉਣ ਵਾਲੇ ਸਮੇਂ 'ਚ ਵੀ ਅਸੀਂ ਸੰਗਤਾਂ ਦੇ ਇਹ ਉਮੀਦ ਰੱਖਦੇ ਹਾਂ ਵੀ ਸਾਡੇ ਨਾਲ ਵੱਧ ਤੋਂ ਵੱਧ ਸਹਿਯੋਗ ਕਰਨ ਜੀ। ਸਾਰੇ ਨਗਰ ਦਾ ਧੰਨਵਾਦ ਜੀ, ਸਾਰੀ ਨਗਰ ਪੰਚਾਇਤ ਦਾ, ਸਾਰੇ ਸੱਜਣ ਮਿੱਤਰਾਂ ਦਾ, ਸਾਰਿਆਂ ਦਾ ਧੰਨਵਾਦ।